ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਵੀ ਆਸਥਾ ਦੇ ਨਾਂ ਤੇ ਕਿੱਦਾਂ ਅਸੀਂ ਇਨਵਾਇਰਮੈਂਟ ਦਾ ਬੇੜਾ ਗਰਕ ਕਰ ਦਿੰਦੇ ਹਾਂ ਤੇ ਕਿੱਦਾਂ ਆਪਦੇ ਸ਼ਹਿਰ 'ਚ ਹੀ ਆਪਦੇ ਸੜਕਾਂ ਤੇ ਗੰਦ ਪਾ ਦਿੰਦੇ ਹਾਂ। ਇਸ ਦੀ ਮੈਂ ਤੁਹਾਨੂੰ ਵੀਡੀਓ ਇਸੇ ਲੋਕੇਸ਼ਨ ਦੀ ਤੁਹਾਨੂੰ ਪਹਿਲਾਂ ਦੀ ਵੀ ਦਿਖਾਈ ਹੈ ਤੇ ਹੁਣ ਵੀ ਦਿਖਾ ਰਹੇ ਹਾਂ। ਹੁਣ ਇੱਥੋਂ ਲੈ ਕੇ ਚਿੰਤਪੁਰਨੀ ਤੱਕ ਜਿਹੜੀ ਲੋਕ ਜਾਂਦੇ ਨੇ ਬਹੁਤ ਸ਼ਰਧਾ ਨਾਲ ਜਾਂਦੇ ਨੇ, ਸ਼ਰਧਾ ਨਾਲ ਲੰਗਰ ਲਾਏ ਜਾਂਦੇ ਨੇ। ਪਤਾ ਨਹੀਂ ਕਿਉਂ ਥੋੜ੍ਹੀ ਬਹੁਤ ਸ਼ਰਧਾ 'ਚੋਂ ਮਾਇਆ ਕੱਢ ਕੇ ਸਫਾਈ 'ਤੇ ਨਹੀਂ ਲਾਉਂਦੇ ਔਰ ਉੱਥੇ 1 ਕਿਲੋਮੀਟਰ ਤੱਕ ਪਲਾਸਟਿਕ ਸਿੱਟਿਆ ਹੁੰਦਾ। ਲੰਗਰਾਂ ਤੇ ਪੈਸੇ ਲਾਉਂਦੇ ਹਾਂ ਆਪਾਂ, ਕਚਰਾ ਸਾਫ਼ ਕਰਨ ਤੇ ਬਿਲਕੁਲ ਨਹੀਂ ਲਾਉਂਦੇ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਇੱਥੇ ਜੋ ਸਫਾਈ ਅਭਿਆਨ ਚੱਲ ਰਿਹਾ ਉਸਦੇ ਬਾਰੇ ਜਾਣਕਾਰੀ ਦੇਈਏ, ਤੁਹਾਨੂੰ ਇੱਕ ਝਲਕ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਜੋ ਰਾਹ ਹੈ ਅਪ ਟੂ ਹਿਮਾਚਲ ਬਾਰਡਰ ਚਾਰੇ ਪਾਸੇ ਪਲਾਸਟਿਕ ਸਿੱਟ ਕੇ ਗੰਦਾ ਕੀਤਾ ਪਿਆ, ਕਿਉਂਕਿ ਹਿਮਾਚਲ 'ਚ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਲੰਗਰ ਲਾਉਣ ਦੀ। ਇਸੇ ਕਰਕੇ ਹਰੇਕ ਨੂੰ ਜੋ ਲੰਗਰ ਲਾਉਣ ਦਾ ਜਗ੍ਹਾ ਮਿਲਦੀ ਹੈ ਉਹ ਪੰਜਾਬ 'ਚ ਜਿੱਥੋਂ ਪਹਾੜ ਸ਼ੁਰੂ ਹੁੰਦੇ ਨੇ ਹੁਸ਼ਿਆਰਪੁਰ ਤੋਂ ਬਾਅਦ ਉੱਥੋਂ ਲੈ ਕੇ ਹਿਮਾਚਲ ਬਾਰਡਰ ਤੱਕ ਹੁੰਦੀ ਹੈ ਔਰ ਅਸੀਂ ਇਸ ਲੰਗਰਾਂ ਦੇ ਚੱਕਰ 'ਚ ਇਸ ਏਰੀਏ ਨੂੰ ਬਿਲਕੁਲ ਗੈਰਬੇਜ ਡੰਪ ਆਪਣਾ ਰੱਖਿਆ। ਇੱਕ ਚੇਂਜ ਆਫ ਤਸਵੀਰ ਆਉਂਦੀ ਹੈ ਜਦੋਂ ਅਸੀਂ ਹਿਮਾਚਲ ਦਾ ਬਾਰਡਰ ਕ੍ਰੋਸ ਕਰਦੇ ਹਾਂ, ਪਰ ਪੰਜਾਬ ਵਾਲੇ ਪਾਸੇ ਜਦੋਂ ਵੜਦੇ ਹਾਂ ਬੜੀ ਸ਼ਰਮਨਾਕ ਗੱਲ ਹੁੰਦੀ ਹੈ ਵੀ ਕੀ ਹਾਲਾਤ ਨੇ ਇੱਥੇ ਦਾ। ਆਹ ਦੇਖੋ ਤੁਸੀਂ ਵੀਡੀਓ 'ਚ, ਇਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਕੁਛ ਲੋਕ ਵੋਲੰਟਰਲੀ ਇਹਨਾਂ ਦੇ ਪਾਏ ਹੋਏ ਗੰਦ ਨੂੰ ਸਾਫ਼ ਕਰ ਰਹੇ ਨੇ ਔਰ ਕਿੰਨਾ ਗੰਦਾ ਹੈ। ਨਾ ਕੋਈ ਸੈਗਰੀਗੇਸ਼ਨ ਹੈ, ਨਾ ਕੋਈ ਹੈ। ਲੱਖਾਂ ਰੁਪਏ ਖਰਚ ਕੇ ਲੰਗਰਾਂ 'ਤੇ, ਕੁਝ ਹਜ਼ਾਰ ਰੁਪਈਏ ਕਚਰੇ ਨੂੰ ਸਾਫ਼ ਕਰਨ 'ਤੇ ਜਾਂ ਕਚਰੇ ਨੂੰ ਸੈਗਰੀਗੇਟ ਕਰਨ 'ਤੇ ਜਾਂ ਉੱਥੇ 2 ਡਸਟਬਿਨ ਰਖਾਉਣ 'ਤੇ ਵੀ ਨਹੀਂ ਲਾਏ ਜਾਂਦੇ, ਕਿਉਂਕਿ ਅਸੀਂ ਇਸ ਨੂੰ ਆਪਦੀ ਜ਼ਿੰਮੇਵਾਰੀ ਹੀ ਨਹੀਂ ਸਮਝਦੇ। ਮੈਨੂੰ ਨਹੀਂ ਸਮਝ ਆਉਂਦਾ ਵੀ ਇਸਦਾ ਕੀ ਫਾਇਦਾ ਹੋਏਗਾ। ਇਸ ਤੋਂ ਬਾਅਦ ਇਹ ਕਚਰਾ ਆਖਿਰ ਜਾਵੇਗਾ ਕਿੱਥੇ? ਇਹ ਤੁਹਾਡੇ ਹੀ ਖੇਤਾਂ ਵਿੱਚ ਜਾਵੇਗਾ, ਤੁਹਾਡੇ ਸ਼ਹਿਰਾਂ ਵਿੱਚ ਜਾਏਗਾ, ਕਿਉਂਕਿ ਇੱਥੋਂ ਪਾਣੀ ਦੇ ਨਾਲ ਗਲੇਗਾ, ਸੜੇਗਾ ਅਤੇ ਸਾਰੀ ਬਦਬੂ ਔਰ ਸਾਰੀਆਂ ਬਿਮਾਰੀਆਂ ਲੈ ਕੇ ਇਹ ਪਾਣੀ ਤੁਹਾਡੇ ਹੀ ਆਪਦੇ ਸ਼ਹਿਰਾਂ 'ਚ, ਆਪਦੇ ਘਰਾਂ 'ਚ, ਆਪਦੀਆਂ ਟੂਟੀਆਂ ਵਾਲੇ ਪਾਣੀ ਨੂੰ ਖਰਾਬ ਕਰੇਗਾ। ਇਸ ਕਰਕੇ ਸੋਚਣ ਦੀ ਲੋੜ ਹੈ, ਜ਼ਰੂਰ ਸੋਚੋ ਇਸ ਬਾਰੇ। ਅੱਜ ਮੈਂ ਇੱਥੇ ਦੇਖਿਆ ਕਿ ਇੱਕ ਸੰਸਥਾ ਹੈ ਜਿਹੜੀ ਸਾਫ਼ ਕਰ ਰਹੀ ਹੈ ਤੇ ਮੈਂ ਇਹਨਾਂ ਕੋਲੇ ਖੜਿਆ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਵੀ ਇਹ ਕਿੱਥੋਂ ਆਏ ਨੇ, ਕੀ ਗੱਲਬਾਤ ਕਰਨਾ ਚਾਹੁੰਦੇ ਨੇ, ਦੱਸੋ ਜੀ। ਹਾਂਜੀ ਬੋਲੀ, ਚਲੋ ਇੱਥੇ ਜੀ। ਸਭ ਤੋਂ ਪਹਿਲਾਂ ਤੇ ਜੈ ਮਾਤਾ ਦੀ ਸਾਰੇ ਭਗਤਾਂ ਨੂੰ ਜੈ ਮਾਤਾ ਦੀ। ਮੈਂ ਕਲੀਨ ਮਿਸ਼ਨ ਸੇਵਾ ਸੁਸਾਇਟੀ ਵਿਲੇਜ ਪੋਸਟ ਆਫਿਸ ਚੌਹਾਲ ਤੋਂ ਆ। ਅਸੀਂ ਇੱਥੇ ਤਕਰੀਬਨ 2018 ਤੋਂ ਜਦੋਂ ਮਹਾਮਾਰੀ ਦੇ ਲੰਗਰ ਲੱਗ ਜਾਂਦੇ ਆ, ਭਗਤ ਜਨ ਲੰਗਰ ਲਗਾ ਕੇ ਚਲ ਜਾਂਦੇ ਆ ਜਾਂ ਲੰਗਰ ਲਗਾਉਣ ਵਾਲੇ ਕਚਰਾ ਛੱਡ ਕੇ ਚਲੇ ਜਾਂਦੇ ਆ, ਤੇ ਉਸ ਤੋਂ ਬਾਅਦ ਅਸੀਂ ਮਹਾਮਾਰੀ ਦੀ ਜਿਹੜੀ ਰੋਡ ਹੈ ਇਹ ਸਾਨੂੰ ਦੇਖ ਕੇ ਪਰੇਸ਼ਾਨੀ ਹੁੰਦੀ ਆ ਵੀ ਇੱਥੇ ਕਚਰਾ ਬਹੁਤ ਹੁੰਦਾ ਆ, ਪਲਾਸਟਿਕ ਦਾ ਕਚਰਾ ਤੇ ਦੂਸਰਾ ਹੋਰ ਤਰ੍ਹਾਂ ਦਾ ਕਚਰਾ ਜਿਹੜੇ ਭਗਤ ਛੱਡ ਕੇ ਚਲੇ ਜਾਂਦੇ। ਫਿਰ ਅਸੀਂ ਕੋਸ਼ਿਸ਼ ਕਰੀਦੀ ਆ ਜਿੰਨਾ ਕੁ ਸਾਡੇ ਕੋਲ ਹੋ ਸਕਦਾ ਅਸੀਂ ਇਹਨੂੰ ਸਾਫ਼ ਕਰੀਏ ਔਰ ਅਸੀਂ ਚੌਹਾਲ ਤੋਂ ਲੈ ਕੇ ਜਾਂ ਆਦਮਵਾਲ ਤੋਂ ਵੀ ਸ਼ੁਰੂ ਕਰੀਦਾ ਹੈ, ਮੰਗੂ ਆ ਜਿਹੜਾ ਸਾਡਾ ਹਿਮਾਚਲ ਬਾਰਡਰ ਹੈ ਉੱਥੇ ਤੱਕ ਅਸੀਂ ਸਫਾਈ ਮਿਸ਼ਨ ਦਾ ਕੰਮ ਕਰਦੇ ਹਾਂ ਔਰ ਸਾਡੇ ਨਾਲ ਪਿਛਲੇ 2 ਸਾਲ ਤੋਂ ਇੱਕ ਸੰਸਥਾ ਹੈਗੀ ਆ ਸਾਡੇ ਸਵੱਛਤਾ ਦਾ ਲੰਗਰ, ਇਹ ਵੀ ਜੁੜੇ ਹੋਏ ਆ। ਅਸੀਂ ਦੋਨੇ ਹੀ ਮਿਲ ਕੇ ਜਿੱਦਾਂ ਮੇਲਿਆਂ ਦੇ ਦੌਰਾਨ ਵੀ ਤੇ ਮੇਲਿਆਂ ਤੋਂ ਬਾਅਦ ਵੀ ਜਿੰਨੀ ਸਾਡੇ ਤੋਂ ਸੇਵਾ ਹੋ ਸਕਦੀ ਅਸੀਂ ਆਪਣੀ ਸੇਵਾ ਕਰੀਦੀ। ਨਹੀਂ, ਇਹ ਬਹੁਤ ਚੰਗਾ ਕੰਮ ਕਰ ਰਹੇ ਹੋ ਇਨਵਾਇਰਮੈਂਟ ਵਾਸਤੇ। ਆਓ, ਤੁਹਾਡਾ ਬੈਨਰ ਵੀ ਆਪਾਂ ਦੇਖ ਲਈਏ ਇੱਧਰ, ਸੰਸਥਾ ਦਾ ਨਾਂ ਵੀ ਲੋਕਾਂ ਨੂੰ ਪਤਾ ਲੱਗੇ ਵੀ ਅਸਲੀ ਸੇਵਾ ਆ ਹੈ। ਧੱਕੇ ਨਾਲ ਲੋਕਾਂ ਨੂੰ ਰੋਕ ਰੋਕ ਕੇ ਉਹਨਾਂ ਦੇ ਨਾਸਾਂ 'ਚ ਚਾਹ ਤੁੰਨਣੀ ਜਾਂ ਲੰਗਰ ਤੁੰਨਣਾ ਸੇਵਾ ਨਹੀਂ ਹੈ, ਸੇਵਾ ਇਹ ਹੈ। ਕਿਉਂਕਿ ਜੇ ਇੱਥੇ ਆਹ ਬਿਮਾਰੀਆਂ ਫੈਲਣਗੀਆਂ, ਹੋਰ ਫੈਲਣਗੀਆਂ, ਸਾਰਾ ਕੋਈ ਗੰਦ ਪਊਗਾ ਤੇ ਆਪਣੇ ਸ਼ਹਿਰ ਹੀ ਬਰਬਾਦ ਹੋਣਗੇ ਨਾ।
ਗਾਈਆਂ ਗਾਈਆਂ ਭਗਤ ਜੀ ਕੀ ਹੈ ਕਿ ਗਾਈਆਂ ਨੇ ਜਿੱਦਾਂ ਡੂਨੇ ਵਗੈਰਾ ਖਾਧੇ ਉਹਦੇ ਚ ਪਲਾਸਟਿਕ ਲੱਗਾ ਸੀ ਜਿੱਦਾਂ ਖਾਣ ਵਾਲਾ ਮਟੀਰੀਅਲ ਲੱਗਾ ਸੀ। ਪਰਸੋਂ ਦੋ ਗਾਈਆਂ ਮਰ ਗਈਆਂ ਰੋਡ ਦੇ ਉੱਪਰ। ਕੀ ਹੁੰਦਾ ਗਾਈਆਂ ਪੱਤੇ ਖਾਂਦੀਆਂ ਉਹਦੇ ਵਿੱਚ ਜਿੱਦਾਂ ਮਤਲਬ ਪੇਪਰ ਦੇ ਨਾਲ ਪਲਾਸਟਿਕ ਲੱਗਾ ਹੁੰਦਾ ਉਹਨਾਂ ਨੂੰ ਉਫਾਰਾ ਪੈ ਜਾਂਦਾ। ਬਿਲਕੁਲ ਇਹਦੀ ਵਜ੍ਹਾ ਨਾਲ ਗਾਈਆਂ ਮਰ ਗਈਆਂ ਨੇ ਰੋਡ ਤੇ। ਪਰਸੋਂ ਦੋ ਗਾਈਆਂ ਸੀ ਦਵਾਈਆਂ ਮੰਗੂਵਾਲ ਦੇ ਅੱਗੇ ਮਰ ਗਈਆਂ। ਬਹੁਤ ਅਸੀਂ ਹੋਰ ਵੀ ਚੀਜ਼ ਮੈਂ ਇੱਥੋਂ ਰੈਗੂਲਰਲੀ ਲੰਘਦਾ ਰਹਿੰਦਾ, ਦੇਖਿਆ ਵੀ ਲੋਕ ਲਿਆ ਕੇ ਗਾਈਆਂ ਦੂਜੀ ਜਗ੍ਹਾ ਤੋਂ ਇੱਥੇ ਛੱਡ ਦਿੰਦੇ। ਇਹ ਆਮ ਆਦਤ ਹੈ ਜੀ, ਜਦ ਤੱਕ ਦੁੱਧ ਪੀਂਦੇ ਰਹਿੰਦੇ ਆ, ਜਿਹੜੇ ਬੱਚੇ ਹੁੰਦੇ ਆ ਜਾਂ ਗਾਈਆਂ ਹੁੰਦੀਆਂ ਇੱਧਰ ਪਹਾੜੀ ਵੱਲ ਨੂੰ ਛੱਡ ਕੇ ਚਲੇ ਜਾਂਦੇ। ਦੇਖੋ ਕਿੰਨੀ ਮਾੜੀ ਗੱਲ ਹੈ, ਆਪਾਂ ਗਊ ਮਾਤਾ ਹੈ, ਆਪਾਂ ਉਹਨੂੰ ਮਾਤਾ ਸਮਝਦੇ ਹਾਂ ਸਾਰੀ, ਚਾਹੇ ਹਿੰਦੂ ਸਿੱਖ ਹੈ, ਸਾਰੀ ਆਪਾਂ ਗਊ ਨੂੰ ਸਮਝਦੇ ਹਾਂ, ਮਾਤਾ ਸਮਝਦੇ ਹਾਂ। ਆਪਾਂ ਤਾਂ ਦੁੱਧ ਪੀਂਦੇ ਹਾਂ, ਪਰ ਜਦੋਂ ਉਹ ਦੁੱਧ ਦੇਣ ਜੋਗੀ ਨਹੀਂ ਹੁੰਦੀ ਤਾਂ ਡੰਡਾ ਮਾਰ ਕੇ ਸੜਕ ਤੇ ਕੱਢ ਦਿੰਦੇ ਹਾਂ, ਅਜਿਹੀ ਜਗ੍ਹਾ ਤੇ ਪਲਾਸਟਿਕ ਖਾਣ ਨੂੰ ਛੱਡ ਦਿੰਦੇ ਹਾਂ। ਤੇ ਇਸ ਕਰਕੇ ਮੇਰੀ ਇਹ ਸਾਰੇ ਲੰਗਰ ਲਾਉਣ ਵਾਲਿਆਂ ਨੂੰ ਅਪੀਲ ਹੈ, ਖਾਸ ਕਰ ਲੰਗਰ ਲਾਉਣ ਵਾਲਿਆਂ ਨੂੰ ਅਪੀਲ ਹੈ ਕਿ ਤੁਸੀਂ ਹਜ਼ਾਰਾਂ ਰੁਪਇਆ ਇਕੱਠਾ ਕਰਕੇ ਲੰਗਰ ਲਾਉਂਦੇ ਹੋ, ਅਗਲੇ ਦਿਨ ਘੱਟੋ ਘੱਟ ਆ ਕੇ ਉਸ ਜਗ੍ਹਾ ਨੂੰ ਸਫਾਈ ਕਰ ਦਿਓ ਜੇ ਉੱਥੇ ਤੁਹਾਡੇ ਕੋਲ ਟਾਈਮ ਨਹੀਂ ਹੈ। ਇੱਥੋਂ ਜੇ ਤੁਸੀਂ ਜਾਓ ਹਿਮਾਚਲ ਦੇ ਬਾਰਡਰ ਤੱਕ, ਦੋਨਾਂ ਪਾਸੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ, ਦੋਨਾਂ ਪਾਸੇ ਯਾਨੀ ਗੰਦ ਹੀ ਗੰਦ ਪਲਾਸਟਿਕ ਦਾ ਭਰਿਆ ਪਿਆ, ਔਰ ਇਹ ਬਾਰਿਸ਼ ਹੋਊਗੀ ਬਹਿ ਕੇ ਕਿੱਥੇ ਜਾਊਗਾ, ਆਪਣੀਆਂ ਡਰੇਨਾਂ 'ਚ ਜਾਊਗਾ, ਆ ਡਰੇਨਾਂ ਬਲੌਕ ਹੋਣਗੀਆਂ, ਸਲਾਈਡਾਂ ਆਉਣਗੀਆਂ, ਰਾਹ ਬੰਦ ਹੋਣਗੇ, ਸਾਰੇ ਕੁਝ ਦੀ ਇਨਵਾਇਰਮੈਂਟ ਦੀ ਬਰਬਾਦੀ। ਬਿਲਕੁਲ ਜੀ, ਦੇਖੋ ਸਮੈਲ ਕਿੰਨੀ ਆ ਰਹੀ ਹੈ ਇਸ ਟਾਈਮ ਤੇ। ਬਿਲਕੁਲ ਜੀ ਬਿਲਕੁਲ, ਜਿਹੜਾ ਕਿ ਸਾਡੇ ਭਗਤ ਜਨਾਂ ਨੇ ਖਾਣ ਪੀਣ ਦਾ ਸਮਾਨ ਬਣਾਇਆ ਬਚ ਗਿਆ ਉਹ ਵੀ ਖੱਡਾਂ 'ਚ ਸੁੱਟ ਗਏ ਆ, ਜਾਂ ਜਿਹੜਾ ਭਗਤਾਂ ਨੇ ਨਹੀਂ ਖਾਧਾ ਉਹ ਵੀ ਖੱਡਾਂ 'ਚ ਚਲਾ ਗਿਆ, ਉਹਦੀ ਸਮੈਲ ਆ ਰਹੀ ਆ, ਕਈ ਦਿਨ ਤੱਕ ਇਹ ਸਮੈਲ ਗੰਦੀ ਆਉਂਦੀ ਰਹਿੰਦੀ ਆ। ਬਿਲਕੁਲ ਜੀ, ਹੁਣ ਟਾਲੀਆਂ ਭਰ ਗਈਆਂ ਸਾਡੀਆਂ ਕੱਟੇ, ਤੁਹਾਡਾ ਪਤਾ ਤੁਸੀਂ ਮਾਸਕ ਪਾ ਕੇ ਕੰਮ ਕਰ ਰਹੇ ਹੋ, ਸਮੈਲ ਆਉਂਦੀ ਹੈ ਇਹਦੇ ਵਿੱਚ ਵੀ, ਦਿਖਾ ਦੇ ਕਿੰਨਾ ਗੰਦਾ ਗੰਦ ਜਿਹੜਾ ਇਹਦੇ ਵਿੱਚ ਪਿਆ ਹੈ, ਕੋਲੇ ਖੜਨਾ ਮੁਸ਼ਕਲ ਹੈ। ਮੈਂ ਤਾਂ ਕਹਿੰਦਾ ਸਲੂਟ ਹੈ ਤੁਹਾਡੇ ਵਰਗੇ ਵਲੰਟੀਅਰਸ ਨੂੰ ਜਿਹੜੇ ਇਹੋ ਜਿਹੇ ਕੰਮ ਵਾਸਤੇ ਤੁਸੀਂ ਅੱਗੇ ਆਏ ਹੋ, ਸਫਾਈ ਕਰ ਰਹੇ ਹੋ, ਕਾਮਨ ਏਰੀਆ ਸਫਾਈ ਕਰਦੇ ਹੋ। ਜਦੋਂ ਇਹ ਸੋਚ ਬਦਲੂਗੀ ਤੁਹਾਡੇ ਵਰਗੀ ਸੋਚ, ਜਾਂ ਤੁਹਾਡੀ ਕੋਈ ਵੀਡੀਓ ਦੇਖੇ ਜੇ ਕਦੇ ਬੰਦੇ ਦੀ ਸੋਚ ਬਦਲ ਜੇ, ਅਸੀਂ ਕਹਾਂਗੇ ਧੰਨਵਾਦੀ ਹੈ ਵੀ ਅਸੀਂ ਵੀ ਇੱਥੇ ਧੁੱਪ 'ਚ ਖੜ ਕੇ ਤੁਹਾਡੇ ਨਾਲ ਖੜ ਕੇ 2 ਮਿੰਟ ਲਾਏ ਨੇ ਤੁਹਾਡੀ ਸੇਵਾ ਨੂੰ, ਜੇ 4 ਲੋਕ ਸਰਾਹਿਆ ਕਰਨਗੇ ਤਾਂ ਬਹੁਤ ਚੰਗੀ ਗੱਲ। ਸਾਡੀ ਤੇ ਸਾਰੇ ਭਗਤਾਂ ਨੂੰ ਇਹੀ ਬੇਨਤੀ ਹੈ, ਲੱਖਾਂ ਰੁਪਈਆ ਅਸੀਂ ਲੰਗਰਾਂ 'ਤੇ ਲਾ ਦਿੰਦੇ ਹਾਂ, ਔਰ ਜਿਹੜੇ ਭਗਤ ਲੱਖਾਂ ਇੱਥੋਂ ਲੰਘਦੇ ਆ, ਖਾਂਦੇ ਜਾਂਦੇ ਆ, ਰੋਡ 'ਤੇ ਖਲਾਰਾ ਪਾਉਂਦੇ ਜਾਂਦੇ ਆ, ਔਰ ਜਿਹੜੇ ਭਗਤ ਲੱਖਾਂ ਰੁਪਈਆ ਲਾਉਂਦੇ ਲੰਗਰਾਂ 'ਤੇ, ਉਹ 2-4 ਹਜ਼ਾਰ ਰੁਪਇਆ ਸਫਾਈ ਵਾਸਤੇ ਵੀ ਲਾਉਣ, ਕਿ ਉਹ ਕਚਰਾ ਜਿਹੜਾ ਹੈਗਾ ਖੱਡਾਂ 'ਚ ਸੁੱਟਦੇ ਆ, ਉਹ ਇਹੀ ਕਰਨ ਕਿ ਬੋਰੀਆਂ 'ਚ ਪਾ ਕੇ ਰੋਡ ਦੇ ਕਿਨਾਰੇ ਰੱਖ ਜਾਣ, ਅਸੀਂ ਆਪੇ ਚੁਕਾਣਾ। ਇੱਕ ਚੀਜ਼ ਇਹਦੇ 'ਚ ਹੋਰ ਜੀ ਹੈ, ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਆਪਾਂ ਕਚਰਾ ਹੋ ਜਾਂਦਾ ਨਾ, 2 ਤਰ੍ਹਾਂ ਦਾ ਹੁੰਦਾ, ਇੱਕ ਡਿਸਪੋਜੇਬਲ ਹੁੰਦਾ ਜਿਹੜਾ ਬਲ ਸਕਦਾ, ਜਿਵੇਂ ਡੂਨੇ ਵਗੈਰਾ ਪੱਤਿਆਂ ਦੇ, ਜੇ ਉਹਨਾਂ ਨੂੰ ਅਲੱਗ ਕੀਤਾ ਜਾਵੇ ਉਹ ਤਾਂ ਵਧੀਆ ਖਾਦ 'ਚ ਵੀ ਦੱਬੇ ਨੇ, ਦੱਬ ਕੇ ਧਰਤੀ 'ਚ ਵੀ ਬਣ ਸਕਦੇ ਨੇ, ਪਰ ਜਦੋਂ ਅਸੀਂ ਸਾਰੀ ਚੀਜ਼ ਨੂੰ ਮਿਕਸ ਕਰ ਦਿੰਦੇ ਹਾਂ, ਇਹਨੂੰ ਸੈਗਰੀਗੇਟ ਕਰਨਾ ਔਖਾ ਹੈ, ਬੜੀ ਪ੍ਰੋਬਲਮ ਹੈ, ਜਿਹੜੀ ਚੀਜ਼ ਆਪਣੇ ਕੰਮ ਦੀ ਵੀ ਹੈ ਉਹ ਵੀ ਬਰਬਾਦ ਹੋ ਜਾਂਦੀ ਹੈ, ਜੇ ਫੂਡ ਦਾ ਬਚੇ ਹੋਏ ਖਾਣੇ ਦਾ ਅਲੱਗ ਹੋਵੇ, ਆ ਡੋਨੇ ਵਗੈਰਾ ਜਿਹੜੇ ਡਿਸਪੋਜ਼ਲ ਹੋ ਸਕਦੇ ਆ, ਗਲ ਜਾਂਦੀਆਂ ਚੀਜ਼ਾਂ ਉਹ ਅਲੱਗ ਹੈ, ਤੇ ਪਿਓਰ ਪਲਾਸਟਿਕ ਅਲੱਗ ਹੋਵੇ। ਬਿਲਕੁਲ, ਤੇ ਬਹੁਤ ਵਧੀਆ ਇਹਦਾ ਡਿਸਪੋਜ਼ਲ ਵੀ ਹੋ ਜਾਵੇ ਤੇ ਸਮੈਲ ਵੀ ਨਾ ਆਵੇ। ਬਿਲਕੁਲ, ਸਮੈਲ ਇਸ ਕਰਕੇ ਆਉਂਦੀ ਹੈ ਕਿ ਅਸੀਂ ਇਹਨੂੰ ਸੈਗਰੀਗੇਟ ਨਹੀਂ ਕਰਦੇ, ਵਿੱਚ ਗਲ ਜਾਂਦੇ। ਦੇਖੋ ਪ੍ਰਸ਼ਾਸਨ ਨੇ ਬੜੀ ਪਹਿਲਾਂ ਲੰਗਰ ਕਮੇਟੀਆਂ ਦੀ ਮੀਟਿੰਗ ਕੀਤੀ, ਉਹਨਾਂ ਨੇ ਕਿਹਾ ਵੀ ਸਿੰਗਲ ਯੂਜ਼ ਪਲਾਸਟਿਕ ਨੂੰ ਇਸਤੇਮਾਲ ਨਾ ਕਰੋ। ਬਿਲਕੁਲ ਜੀ, ਪਾਣੀ ਵਾਲੇ ਗਲਾਸ ਸਿੰਗਲ ਯੂਜ਼ ਪਲਾਸਟਿਕ ਦਾ ਨਾ ਯੂਜ਼ ਕਰੋ। ਅਵੇਅਰਨੈਸ ਵਾਸਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਬੈਨਰ ਲਾਏ, ਪਰ ਜਿਹੜੇ ਸਾਡੇ ਭਗਤ ਆ ਲੰਗਰ ਵਾਲੇ ਉਹ ਇਸ ਚੀਜ਼ ਨੂੰ ਨਹੀਂ ਮੰਨਦੇ। ਅਸੀਂ ਦੇਖਿਆ ਹੁਣ ਵੀ ਪਾਣੀ ਦੇ ਗਲਾਸ ਢੇਰਾਂ ਦੇ ਢੇਰ ਲੱਗੇ ਪਏ ਆ, ਜਿਹੜੇ ਕਿ ਡਿਸਪੋਜ਼ੇ ਨਹੀਂ ਹੋਣੇ। ਬਿਲਕੁਲ, ਕੀ ਆਪਾਂ ਜੇ ਗੱਡੀਆਂ ਵਾਲੇ ਆ ਸਾਰੇ ਜਿਹੜੇ ਤੁਰੇ ਜਾਂਦੇ ਆ, ਆਪਣੇ ਕੋਲ ਸਭ ਕੋਈ ਬੋਤਲ ਹੁੰਦੀ ਹੈ, ਆਪਾਂ ਪਾਣੀ ਦੀ ਬੋਤਲ ਆਪਦੇ ਨਾਲ ਨਹੀਂ ਰੱਖ ਸਕਦੇ ਗਲਾਸ ਲੈ ਕੇ ਸਿੱਟਣ ਨੂੰ, ਕੋਈ ਵੱਡੀ ਗੱਲ ਨਹੀਂ ਹੈ, ਘਰ ਸਿੱਟਦੇ ਆ ਬੋਤਲ, ਆਪਾਂ ਸੋਚ ਹੈ ਸਿਰਫ ਆਪਣੀ ਸੋਚ ਬਦਲਣ ਦੀ ਲੋੜ, ਸੋਚ ਬਦਲੋ ਤਾਂ ਹੀ ਇਹ ਸਫਾਈ ਹੋਈ। ਬਿਲਕੁਲ, ਇਹ ਰੋਡ ਦੀ ਸਫਾਈ ਰੱਖਾਂਗੇ ਤਾਂ ਹੀ ਮਹਾਮਾਈ ਦੇ ਜਾਣ ਦਾ ਵੀ ਫਾਇਦਾ ਆ, ਲੰਗਰ ਲਗਾਉਣ ਦਾ ਵੀ ਤਾਂ ਹੀ ਫਾਇਦਾ, ਅਸੀਂ ਅਗਰ
ਇਸ ਰੋਡ ਦੀ ਸਫਾਈ ਦੀ ਵਿਵਸਥਾ ਸਹੀ ਰੱਖਾਂਗੇ। ਪਰ ਮਾਤਾ ਦੇਖਦੀ ਆ, ਮਾਤਾ ਤੁਹਾਡੀ ਸੇਵਾ ਜ਼ਰੂਰ ਕਬੂਲ ਕਰੂਗੀ, ਬਾਕੀ ਆ ਗੰਦ ਪਾਉਣ ਵਾਲੇ ਦੀ ਚੈੱਕ ਕਰੇ ਜਾਂ ਨਾ ਕਰੇ ਮੈਨੂੰ ਪਤਾ ਨਹੀਂ, ਪਰ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ ਉਹਦਾ ਕੋਈ ਮੁਕਾਬਲਾ ਨਹੀਂ। ਧੰਨਵਾਦ ਸਰ।